सारेगामा कारवां डिजिटल ऑडियो प्लेयर। इस तोहफे में है 5000 सुनहरे गाने और कुछ यादें। तो सा वीकेंड क्लासिक रेडियो शो बिल्कुल मिस नहीं करना। देखो हर रिलीज, चैनल नु सब्सक्राइब करो, बेल आइकन नपो ते हर एपिसोड दी नोटिफिकेशन पाओ। वादा किता सी एक कमाल दे फनकार नाल लौट के आवांगी ते बखूबी सिरे चाड़िया। तुसी सुन रहे हो वीकेंड क्लासिक रेडियो शो सारेगामा पंजाबी यूट्यूब चैनल ते खुशबू दे नाल। आज दी साड़ी शख्सियत ओ हन जिन्हां दी आवाज सुन के ही पता लग जांदा है कि कोई खास ही गल है। गायकी लोक गायकी दी दुनिया दे लिविंग लेजेंड सुरिंदर शिंदा जद ए गाउंदे ने तां पिंडां दे पिंड इन्हां नू खड़ के सुनदे ने। पेश है इन्हां दा ही बहुत ही कमाल दा हरदेव दिलगीर दा लिखिया गीत नवा ले लिया ट्रक। सुनदे रहो, साडे नाल बने रहो। ਤੁਸੀਂ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਦੇ ਇਸ ਐਪੀਸੋਡ ਨੂੰ ਇੰਜੋਏ ਕਰ ਰਹੇ ਹੋਗੇ। ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੇ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਇਸ ਐਪੀਸੋਡ ਨੂੰ ਸ਼ੇਅਰ ਕਰੋ। ਉਹ ਵੀ ਤਾਂ ਮਜ਼ੇ ਲੈਣ ਤੇ ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ, ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ, ਮੋਢਿਆਂ ਤੇ ਡਾਂਗਾ ਧਰੀਆਂ ਵੀ ਕੈਂਠੇ ਸੋਨੇ ਦੇ। ਸੋਨੇ ਦੇ ਗਰਦਣਾ ਲੰਮੀਆਂ ਮੜਕ ਨਾਲ ਪੱਬ ਚੱਕ ਦੇ ਵੀ ਚਿੱਟੇ ਚਾਦਰੇ, ਚਾਦਰੇ ਸੁੰਬਰ ਦੇ ਧਰਤੀ ਵਈ ਚਿੱਟੇ ਚਾਦਰੇ, ਚਾਦਰੇ ਸੁੰਬਰ ਦੇ ਧਰਤੀ ਡੱਬਾ ਵਿੱਚ ਬੰਦ ਬੋਤਲਾਂ ਪਾਸੇ ਹਟ ਜਾ ਜੱਟਾਂ ਨੂੰ ਰਾਹ ਛੱਡ ਦੇ ਨਿਰੇਸ਼ ਮੀਂਹ ਗਰਾਰੇ ਵਾਲੀਏ, ਲਾਉਂਦੇ ਕਲੀਆਂ ਕਲੀਆਂ ਕੰਨਾਂ ਤੇ ਹੱਥ ਧਰ ਕੇ ਨੀ ਲਾਉਂਦੇ ਕਲੀਆਂ ਕਲੀਆਂ ਕੰਨਾਂ ਤੇ ਹੱਥ ਧਰ ਕੇ ਨੀ ਖੜੀ ਹੋ ਕੇ ਤੂੰ ਵੀ ਸੁਣ ਲੈ ਨਾ।
नारे नारे जट्टा दे पुत पौन बोलिया नी मुटियारे मुटियारे नी मुटियारे नी मुटियारे ਕੱਠ ਹੋ ਗਿਆ ਉਹਦੇ ਬੋਤਲਾਂ ਮੰਗਾ ਲਈਆਂ ਚਾਲੀ ਹੈ ਤੂੰ ਇੱਕ ਵੱਜ ਗਈ ਉਹ ਚੱਕ ਕੇ ਮਹਿਲ ਨਾਲ ਮਾਰੀ ਮੁਨਸ਼ੀ ਡਾਂਗੋ ਦਾ ਉਹ ਡਾਂਗੋ ਦਾ ਡਾਂਗ ਰੱਖਦਾ ਗੰਡਾਸੇ ਵਾਲੀ ਮੋਧਨ ਕੌਂਕਿਆਂ ਦਾ ਜਿਹਨੇ ਕੁੱਟਦੀ ਪੰਡੋਰੀ ਸਾਰੀ ਦੌਦਰ ਦੀ ਹੋਏ ਦੌਦਰ ਦੀ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਪਰ ਲੋ ਆ ਜਾਂਦੀ ਇਹ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਇਹ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਦੇਸ਼ ਲਈ ਮੌਤ ਨੂੰ ਮਖੌਲ ਕਰ ਦੇ ਇਹ ਸੂਰਮੇ ਭਗਤ ਸਿੰਘ ਵਾਂਗੂ ਚੜ ਜਾਂਦੇ ਸੂਲੀ ਹੱਸ ਕੇ ਬਈ ਲੈਂਦੇ ਬਦਲਾ ਊਧਮ ਸਿੰਘ ਬਣ ਕੇ ਪਾਰ ਜਾ ਸਮੁੰਦਰਾਂ ਤੋਂ ਚੱਲੀਏ ਜੱਟਾਂ ਦੇ ਜਿੰਦ ਲੇਖੇ ਦੇਸ਼ ਦੇ ਨੀ ਸੁਣ ਬੱਲੀਏ ਪਟਨੇ ਬਈ ਕੰਨ ਪਾੜ ਕੇ ਪਵਾਉਂਦੇ ਮੁੰਦਰਾ ਯਾਰ ਲਈ ਜੋਗੀ ਬਣ ਕੇ ਬਈ ਜਿੰਦ ਯਾਰ ਤੋਂ ਚੰਡੋਰੇ ਥੱਲੇ ਮਾਰ ਕੇ ਲੱਗੀਆਂ ਪਗਾਉਂਦੇ ਜੱਟ ਨੇ ਬਈ ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਰਿਓ ਟੁੱਟਦੀ ਨਾਰੀਏ ਜੱਟਾਂ ਦੇ ਪੁੱਤ ਵਾਂਗੂ ਯਾਰ ਤੋਂ ਨੀ ਜਿੰਦ ਵਾਰੀਏ ਐਨੀ ਕਮਾਲ ਦੀ ਦਮਦਾਰ ਵਾਸੀ ਇਹਨਾਂ ਦੀ ਇਸ ਗਾਣੇ ਵਿੱਚ। ਪਰ ਕੀ ਤੁਹਾਨੂੰ ਇਹ ਪਤਾ, ਇਸ ਫਿਲਮ ਨੂੰ ਸਾਈਨ ਕਰਨ ਲੱਗਿਆ ਇਹਨਾਂ ਦਾ ਦਮ ਸੰਘਿਆ ਹੋਇਆ ਸੀ। ਉਦੋਂ ਚੱਲਣ ਇਹ ਸੀ ਕਿ ਜਿਹੜਾ ਵੀ ਗਾਇਕ ਸਫਲ ਹੁੰਦਾ ਸੀ ਉਸ ਨੂੰ ਫਿਲਮ ਆਫਰ ਹੋ ਜਾਂਦੀ ਸੀ, ਜਿਵੇਂ ਕਿ ਮੁਹੰਮਦ ਸਦੀਕ ਸਾਹਿਬ ਨਾਲ ਵੀ ਹੋਇਆ। ਇਹਨਾਂ ਨੂੰ ਵੀ ਇਹ ਫਿਲਮ ਆਫਰ ਹੋਈ ਪੁੱਤ ਜੱਟਾਂ ਦੇ, ਤੇ ਕਿਹਾ ਗਿਆ, ਸ਼ਿੰਦੇ ਤੂੰ ਇਹਦੇ ਗੀਤ ਵੀ ਕਰਨੇ ਨੇ, ਮਿਊਜ਼ਿਕ ਵੀ, ਤੇ ਹੁਣ ਐਕਟਿੰਗ ਵੀ ਕਰ ਲੈ। ਇਹ ਸੁਣ ਕੇ ਇਹਨਾਂ ਨੂੰ ਹਿਚਕ ਬਹੁਤ ਹੋਈ। ਸੋਚਿਆ ਪਤਾ ਨਹੀਂ ਕਰ ਸਕਾਂਗਾ, ਪਰ ਅਖੀਰ ਵਿੱਚ ਮਣ ਗਏ ਤੇ ਇਸੇ ਫਿਲਮ ਨਾਲ ਇਹਨਾਂ ਦਾ ਫਿਲਮੀ ਕਰੀਅਰ ਸ਼ੁਰੂ ਹੋਇਆ। ਤੇ ਸ਼ੁਰੂ ਹੀ ਕੀ, ਆਹ ਗੀਤ ਇੰਨਾ ਪ੍ਰਸਿੱਧ ਹੋਇਆ ਕਿ ਅੱਜ ਵੀ ਲੋਕ ਫਰਮਾਇਸ਼ ਕਰਕੇ ਸੁਣਦੇ ਨੇ। ਇੰਨੀ ਤਰੱਕੀ, ਇੰਨਾ ਗੌਰਵ। ਪਰ ਪਤਾ, ਇੱਕ ਸ਼ਖਸ ਅਜਿਹੇ ਸਨ ਜਿਨ੍ਹਾਂ ਨੂੰ ਇਹ ਸਭ ਚੰਗਾ ਨਹੀਂ ਲੱਗਿਆ, ਇਹਨਾਂ ਦੇ ਬਾਪੂ ਜੀ। ਪਰ ਇਹ ਕਿਉਂ, ਇਹ ਕਹਾਣੀ ਇਹਨਾਂ ਗੀਤਾਂ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਜਿੰਦ ਯਾਰ ਦੀ ਮੰਗਾ ਮੈਂ ਰੱਬਾ ਰੋ ਕੇ ਕੋਕੇ ਕਿਹੜੀ ਮੈਂ ਖੁਦਾਈ ਮੰਗਲੀ ਹਾਂ ਜਿੰਦ ਯਾਰ
ਭੱਠੀ ਚੋਕੇ ਕਿਹੜੀ ਮੈਂ ਖੁਦਾਈ ਮੰਗਲੀ ਹਾਂ ਜਿੰਦ ਯਾਰ ਦੀ ਜਿੰਦ ਯਾਰ ਦੀ ਸਾਡਾ ਇਹ ਐਪੀਸੋਡ ਪਸੰਦ ਆਇਆ ਇਸ ਵੀਡੀਓ ਨੂੰ ਆਫਲਾਈਨ ਸੇਵ ਕਰੋ ਤੇ ਵੇਖੋ ਕਦੇ ਵੀ ਕਿਤੇ ਵੀ। ਤੇਰਿਆਂ ਪੈਰਾਂ ਤੇ ਚੁੰਨੀ ਧਰਦੀ ਵੇ ਬਲਵੀਰੋ ਪਾਪੀ, ਸੁੱਤਿਆ ਵੇ ਮਿੰਤ ਤੇਰੀਆਂ ਕਰਦੀ ਵੇ ਬਲਵੀਰੋ ਪਾਪੀ, ਸੁੱਤਿਆ ਵੇ ਮਿੰਤ ਤੇਰੀਆਂ ਕਰਦੀ ਵੇ ਬਲਵੀਰੋ ਪਾਪੀ। ਮਿੰਤਾਂ ਹਾਂ ਕਰਦੀ ਕਲਦੀ ਮੈਂ ਤਾਂ ਤੇਰੇ ਵੱਲ ਦੀ, ਤਾੜੀ ਕੇ ਕੁੱਕਰ ਮਲਦੀ ਜੁੱਤੀ ਵੇ ਲਾ ਕੇ ਕਲਦੀ, ਨੰਗ ਦੇ ਹਜ਼ਾਰ ਗਿਣੇ ਮਾਰਾ ਵੇ ਤੇਰੇ ਕਰ ਦਿਓਰਾ, ਵੀਰੋ ਫਿਰੇ ਲੁੱਟਦੀ ਬਹਾਰਾ ਵੇ ਤੇਰੇ ਕਰ ਦਿਓਰਾ। ਬਣ ਕੇ ਨ ਰਹਿਣੇ ਦੀ ਮੈਂ ਰਹਿਣਾ ਵੇ ਸੱਚ ਕਹਿੰਦੀ ਵੀਰੋ, ਫੂਕਣਾ ਕੀ ਮੱਲ ਮੈਂ ਟੁੱਟ ਪੈਣਾ ਵੇ ਸੱਚ ਕਹਿੰਦੀ ਵੀਰੋ। ਭਾਬੀ ਦੇ ਆਖੇ ਲਗਵੇ ਠਾਰ ਲੈ ਮੱਚਦੀ ਅਗਵੇ, ਸਿਰ ਦੀ ਬਟਾ ਕੇ ਪਗਵੇ ਕਾਤੋ ਹਸਾਉਣਾ ਜਗਵੇ, ਹੋਵੇ ਕਿਉਂ ਦਿਓਰਾ ਗਾਲੋ ਗਾਲੀ ਵੇ ਮੋਢੇ ਤੋਂ ਲਾ ਕੇ, ਕੀਲੇ ਤੇ ਟੰਗ ਦੇ ਤੂੰ ਨਾਲੀ ਵੇ ਮੋਢੇ ਤੋਂ ਲਾ ਕੇ। ਸੁੱਚੇ ਨੇ ਰੱਬ ਤੇ ਆ ਕੇ ਅਲਜੀ ਦਾ ਰੌਂਦ ਪਾ ਕੇ, ਕੀਤਾ ਫੈਰ ਮੋਢੇ ਲਾ ਕੇ ਡਿੱਗਦਾ ਮੱਲ ਗੇੜਾ ਖਾ ਕੇ, ਖਾਂਦਾ ਸੀ ਕਿਉਂ ਦੇ ਨਿੱਤ ਤੂਰ ਮੈਂ ਵੈਰੀ ਤੋਂ ਬਦਲਾ, ਲੈ ਲਿਆ ਥਰੀ ਕੇ ਸੁੱਚੇ ਸੂਰ ਮੈਂ ਵੈਰੀ ਤੋਂ ਬਦਲਾ, ਲੈ ਲਿਆ ਥਰੀ ਕੇ ਸੁੱਚੇ ਸੂਰ ਮੈਂ ਵੈਰੀ ਤੋਂ ਬਦਲਾ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਹਰ ਮਾਪੇ ਦਾ ਇੱਕੋ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਔਲਾਦ ਸੁਖੀ ਸਾਂਦੀ ਆਪਣੇ ਜੀਵਨ ਵਿੱਚ ਸਫਲ ਹੋਵੇ, ਉਸ ਦਾ ਨਾਂ ਹੋਵੇ। ਸੁਰਿੰਦਰ ਜੀ ਨੇ ਇਹ ਸਭ ਕੀਤਾ, ਇਹ ਸਭ ਕੀ ਇਸ ਤੋਂ ਵੱਧ ਹੀ ਹਾਸਲ ਕਰ ਲਿਆ। ਲੈਜੈਂਡਰੀ ਹੋਣ ਦਾ ਖਿਤਾਬ ਇੱਦਾਂ ਹੀ ਨਹੀਂ ਮਿਲਦਾ। ਪਰ ਉਹਨਾਂ ਦੇ ਬਾਪੂ ਜੀ ਜੋ ਕਿ ਉਹਨਾਂ ਦੇ ਨਾਨਾ ਜੀ ਦੇ ਨਾਲ ਉਹਨਾਂ ਦੇ ਗੁਰੂ ਵੀ ਸਨ, ਇਹ ਸਭ ਤੋਂ ਖੁਸ਼ ਨਹੀਂ ਸੀਗੇ। ਸ਼ਿੰਦਾ ਜੀ ਆਪ ਦੱਸਦੇ ਨੇ ਕਿ ਉਹਨਾਂ ਦੇ ਹਿੱਟ ਹੋਣ ਦੇ ਬਾਅਦ ਜਦੋਂ ਉਹ ਮੱਥਾ ਟੇਕਣ ਜਾਂਦੇ ਤਾਂ ਉਹਨਾਂ ਦੇ ਬਾਪੂ ਜੀ ਆਖਦੇ, ਤੂੰ ਆ ਕਿਹੜੇ ਪੂਰਨ ਭਗਤ ਦੇ ਚੱਕਰਾਂ 'ਚ ਪੈ ਗਏ, ਤੈਨੂੰ ਤਾਂ ਕਲਾਸੀਕਲ ਸਿਖਾਇਆ ਸੀ, ਤੁਹਾਨੂੰ ਪਤਾ
सुरेंद्र जी ने 4 साल दी कच्ची उम्र तो क्लासिकल सीखना शुरू कीता सी ते अपने उस्तादां दे विच बैठ के परफॉर्म करदे सी। 40 साल तो लंबा है इन्हां दा करियर, पर इस दे बावजूद इन्हां दे चेहरे ते एक नूर है। पर राज ए है कि इस पिछे कोई क्रीम या पाउडर नहीं है, बल्कि किसे शख्स दी सख्त हिदायत है। एहो जा कौन है जो इन्हां नूं हिदायत दे सके? ए खुलासा इन्हां गीतां तो बाद। तुसी सुन रहे हो वीकेंड क्लासिक रेडियो शो। ਵਾਰੀ ਪਾਬੀ ਹੱਥ ਪੈਰਾਂ ਨੂੰ ਲਵਾ ਲੈ, ਸੱਤ ਵਾਰੀ ਪਾਬੀ ਹੱਥ ਪੈਰਾਂ ਨੂੰ ਲਵਾ ਲੈ, ਮੇਰਾ ਮੰਗਣਾ ਸਵੇਰ ਭਾਵੇਂ ਕਰਦੇ ਨੀ ਆਉਂਦੇ ਸਾਲ ਲੋਹੜੀ ਵੰਡ ਲਈ, ਭੈਣੇ ਆਪਣੀ ਲਿਆ ਦੋ ਕਰਦੇ ਨੀ ਆਉਂਦੇ ਸਾਲ ਲੋਹੜੀ ਵੰਡ ਲਈ। ਮੱਖਣੀਆਂ ਖਾਧੀਆਂ ਸਿਆਲ ਵਿੱਚ ਮੇਰੀਆਂ, ਮੈਂ ਵੀ ਡੰਡ ਬੈਠਕਾਂ ਨੇ ਕੱਟੀਆਂ ਬਥੇਰੀਆਂ। ਕਾੜਨੀ ਦੇ ਵਿੱਚ ਪਾਬੀ ਤੇਰੇ ਕੋਲ ਚੋਰੀ ਹੈ ਨੀ, ਕਾੜਨੀ ਦੇ ਵਿੱਚ ਪਾਬੀ ਤੇਰੇ ਕੋਲ ਚੋਰੀ, ਦੁੱਧ ਪੀਤੇ ਨੇ ਮੜਾਈ ਸਣੇ, ਕਰਦੇ ਨੀ ਆਉਂਦੇ ਸਾਲ ਲੋਹੜੀ ਵੰਡ ਲਈ, ਭੈਣੇ ਆਪਣੀ ਲਿਆ ਦੋ ਕਰਦੇ ਨੀ ਆਉਂਦੇ ਸਾਲ ਲੋਹੜੀ ਵੰਡ ਲਈ। ਕਲੇਰਾਂ ਵਾਲੇ ਚੰਦ ਭਲਵਾਨ ਦਾ ਤੇਰੇ ਨੀ ਦਿਓਰ ਵਿੱਚ ਦੂਰ ਕਿੰਨਾ ਜਾਣਦਾ, ਬੰਨੇ ਚੰਨੇ ਮੇਲਿਆਂ ਤੇ ਠੰਡੀ ਮੈਂ ਤਾਂ ਫੇਰੀ, ਬੰਨੇ ਚੰਨੇ ਮੇਲਿਆਂ ਤੇ ਠੰਡੀ ਮੈਂ ਤਾਂ ਫੇਰੀ, ਤੇਰੇ ਜ਼ੋਰ ਦੇ ਮੂਰੇ ਨਾ ਮੱਲ ਕਰਦੇ ਨੀ ਆਉਂਦੇ ਸਾਲ ਲੋਹੜੀ ਵੰਡ ਲਈ, ਭੈਣੇ ਆਪਣੀ ਲਿਆ ਦੋ ਕਰਦੇ ਨੀ ਆਉਂਦੇ ਸਾਲ ਲੋਹੜੀ ਵੰਡ ਲਈ। ਮੈਨੂੰ ਬਹੁਤ ਮਜ਼ਾ ਆਉਂਦਾ ਹੈ ਜਦ ਤੁਸੀਂ ਵੀ ਸਾਨੂੰ ਕੁਝ ਕਹਿੰਦੇ ਹੋ। ਆਪਣਾ ਅਨਮੋਲ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਥੱਲੇ ਵਾਲੇ ਸੈਕਸ਼ਨ ਵਿੱਚ ਕਮੈਂਟ ਕਰੋ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਹਰ ਐਪੀਸੋਡ ਨੂੰ ਤੁਹਾਡੇ ਲਈ ਹੋਰ ਮਨੋਰੰਜਕ ਬਣਾਉਣ ਲਈ। ਮੈਨੂੰ ਰੰਗ ਦਿਸੇ ਤੇਰਾ ਲਾਲ ਵਰੀ ਵਿੱਚ, ਮੈਨੂੰ ਰੰਗ ਦਿਸੇ ਤੇਰਾ, ਨਿੱਤ ਤਾਂ ਹੀ ਮੈਂ ਫੁੱਲਾਂ ਦੇ ਨਾਲ ਲਾਵਾਂ ਨੀ, ਹਾਏ ਨੀ ਲਾਵਾਂ ਨੀ, ਕੱਚ ਦੇ ਗਿਲਾਸ ਵਾਂਗੂ ਤਿੜਕ ਜਾਵੀ ਨਾ, ਮੈਂ ਤਾਂ ਇਸ ਗੱਲੋਂ ਕਵਰਾਂ ਹਵਾਂ ਨੀ। ਹੋ ਲਾਲ ਪਰੀ ਵਿੱਚ ਮੈਨੂੰ ਰੰਗ ਦਿਸੇ ਤੇਰਾ, ਵਾਲੀ ਚੁੰਨੀ ਹੇਠਾਂ ਦਮਕਾਂ ਨੀ ਮਾਰਦਾ,
ओ गोरा गोरा मुख जट देख ना सहारदा हो गए नशे विच चूर तैनू पुछदा हजूर जे कहे तां बुलां नू हथ लावानी हाय नी लावानी कद दे गिलास मंगू तिड़क जावे ना मैं तां इस गलों कबरा हवानी हो लाल परी विच मैनू रंग दिसे तेरा लाए लक तेरा है नी लक तेरा है नी लक तेरा गुंद मां शरीर नी हौली हौली रूप तेरा टल जू अखीर नी रख इस नू संभाल कानू बिल्लू रही गाल लल्ला वालियां दा बुरा परछावानी परछावानी कद दे गिलास मंगू तिड़क जावे ना मैं तां इस गलों कबरा हवानी लाल परी विच मैनू रंग दिसे तेरा लाल परी विच मैनू रंग दिसे तेरा। किसी भी सिंगर या परफॉर्मर ले सुरां दे सोने होण दे नाल नाल उन्हां दा अपना रूप ते लुक्स भी बहुत जरूरी हुंदे ने ते इस गल दा खास ख्याल रखदे ने शिंदा जी दे वाइफ जो कि देव ठरीका वाला जी दे सिस्टर भी सन। मोटिवेशन कहो या तक्का ओ दोवें तरीके अपनांदे सन। फिर चाहे सवेरे सवेरे 5 बजे उठा के सैर ते भेजना होवे या उन्हां दे खाण पीण दा ते रियाज दा ध्यान रखना होवे ओही सन जो हर चीज दा ख्याल रखदे ने ते उन्हां दी ड्रेसेस ते स्टाइल भी ओही तैयार करदे ने। सिर्फ इस पक्खों ही नहीं बल्कि म्यूजिकली भी इन्हां दे वाइफ बड़े सियाने सन। आप दसदे ने कि गाना बनाउण वेले जिहड़ा गीत इन्हां नूं पसंद आउंदा ਉਹ ਤਾਂ ਜ਼ਰੂਰ ਹਿੱਟ ਹੁੰਦਾ ਹੈ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਹੋ ਛੱਡਦੇ ਝਾਕਦੀਏ ਬਦਨਾਮੀ ਹੋ ਗਈ ਸਿਆਲਾਂ ਦੀ ਹੋ ਚੁੱਚਕ ਹੀਰ ਜੱਟੀ ਨੂੰ ਵਰਜੇ ਤੇ ਸਮਝਾਵੇ ਪਹਿਲਾਂ ਪਤਾ ਹੁੰਦਾ ਗਲ ਬੂਠਾ ਦਿੰਦੇ ਜੰਮਦੀ ਦੇ ਉਹ ਤੇਰੇ ਵਰਗੀ ਨਾਤੀ ਕਿਸੇ ਦੇ ਰੱਬ ਲਿਆਵੇ ਹੋ ਧੀਓ ਮਰ ਜਾ ਜਿਹੜੀ ਰੋਲੇ ਨੀ ਪੱਗ ਮਾਪਿਆਂ ਦੀ ਪੁੱਤਰ ਮਰ ਜਾ ਪਿਓ ਦੀ ਜੋ ਦਾੜੀ ਹੱਥ ਪਾਵੇ ਮਰ ਜਾਣ ਮਾਪੇ ਜਿਹੜੇ ਧੀਆਂ ਦਾ ਮੁੱਲ ਵੱਟਦੇ ਨੇ ਉਹ ਔਰਤ ਮਰ ਜਾ ਕੰਤ ਜਿਉਂਦੇ ਯਾਰ ਹੰਡਾਵੇ ਉਹ ਮਰ ਜਾ ਸਾਧੂ ਜੋ ਨਾ ਹੋਵੇ ਜੱਤੀ ਲੰਗੋਟੇ ਦਾ ਲੰਗੋਟੇ ਦਾ ਲੰਗੋਟੇ ਦਾ ਉਹ ਮਰ ਜਾ ਸਾਧੂ ਜੋ ਨਾ ਹੋਵੇ ਜੱਤੀ ਲੰਗੋਟੇ ਦੇਵੇ ਰਾਜਾ ਲੋਕਾਂ ਨੂੰ ਉਹ ਰਈਅਤ ਮਰ ਜਾਏ ਧੋਖਾ ਰਾਜੇ ਨਾਲ ਕਮਾਵੇ ਹੋ ਮਿੱਤਰ ਮਰ ਜਾਏ ਜਿਹੜਾ ਹਾਏ ਮਿੱਤਰ ਮਰ ਜਾਏ ਜਿਹੜਾ ਨਾਰਸ ਕਾਵੇ ਮਿੱਤਰ ਦੀ ਸੱਜਣ ਮਰ ਜਾਏ ਜੋ ਨਾ ਬਿਪਤਾ ਵਿੱਚ ਕੰਮ ਆਵੇ ਉਹ ਛੱਡਦੇ ਖੈੜਾ ਹੀਰੇ ਤੂੰ ਮੱਝੀਆਂ ਦੇ ਚਾਕਦਾ ਤੇਰੇ ਪਿਓ ਦੀ ਇੱਜ਼ਤ ਮਿੱਟੀ ਵਿੱਚ ਮੜਾਵੇ ਬੈਠਾ ਸੱਤ ਵਿੱਚ ਗੱਲਾਂ ਕਰੇ ਥਰੀ ਕਿਆ ਵਾਲਾ ਨੀ ਵਾਲਾ ਨੀ ਵਾਲਾ ਨੀ ਬੈਠਾ ਸੱਤ ਵਿੱਚ ਗੱਲਾਂ ਕਰੇ ਥਰੀ ਕਿਆ ਵਾਲਾ ਨੀ ਸੁਣ ਕੇ ਤੂੰ ਚਿੱਕ ਧਰਤੀ ਵਿੱਚ ਗਰਕਦਾ ਜਾਵੇ
मैं उम्मीद करनी आ तुसी वीकेंड क्लासिक रेडियो शो दे इस एपिसोड नू एंजॉय कर रहे होगे। इस वीडियो नू जरूर लाइक करो ते अपने दोस्तां ते परिवार नाल इस एपिसोड नू शेयर करो। ओ वी ता मजे लैन ते सारे गामा पंजाबी यूट्यूब चैनल नू सब्सक्राइब करना बिल्कुल ना भुलियो। ओ बन के करनू कोड़ी जूने रफल चलाई है तियां दे विच चिट्टी चादर खोल बिछाई है ला दो गाने कट्टे वक्त नू का तो गाल दिया जूने मोड़ने लुटियां तियां लोंगो वाल दिया कोई बैठ के रोवे दितियां किसे दुहाइयां ने तरके कीला गहने मैं ता मसा बनाइया ने अख बचा के चोरी कई ने भजना पाल दिया जुने मोड़ने लुटिया तिया लौंग वाल दिया कोई आख दी तू मैं ता मंग के लियाइया अख बचा के चोरी चोरी सस तो आईया अद सिपाइया डंडिया मैं ता पिछले साल दिया जुने मोड़ने लुटिया तिया लौंग वाल दिया कुड़िया बिचों बोली कुड़ी करहाने कर दी है ना मोड़ तो डरदी गल्ला खरिया कर दी है बड़ा सूरमा गल्ला करे कंगाला नाल दिया जुने मोड़ने लुटिया तिया लौंग वाल दिया किसे कराने करते ने बातियां उत्ते ओह कदे ना करते ने सब नु जानने अपनी भैन ते मां दे नाल दियां जुने मोड़ने लुटियां तियां लौंग वाल दियां बोल कुड़ी दे सुन के जूना नीमी पौदा ਪੱਲਿਓ ਹੋਰ ਫੜਾਉਂਦਾ ਏ ਤਿੰਨ ਜ਼ਿਲ੍ਹਿਆਂ ਦੀਆਂ ਪੁਲਸਾਂ ਮੋੜ ਨੂੰ ਫਿਰਦੀਆਂ ਭਾਲਦੀਆਂ ਜੁਣੇ ਮੋੜ ਨੇ ਲੁੱਟੀਆਂ ਤੀਆਂ ਲੌਂਗੋਵਾਲ ਦੀਆਂ ਡਾਕੂ ਦੂਰ ਮੇਂ ਯੋਧੇ ਜਿਹੜੇ ਜੰਗ ਤੇ ਆਉਂਦੇ ਨੇ ਕਿਵੇਂ ਗਊ ਗਰੀਬ ਉਹਨਾਂ ਨੂੰ ਹੱਥ ਨਾ ਲਾਉਂਦੇ ਨੇ ਧੰਨ ਦੇਵਿਓ ਮਾਵਾਂ ਜਿਹੜੀਆਂ ਸ਼ੇਰ ਨੇ ਪਾਲਦੀਆਂ की कमाल गाया है जोड़ा मोड़। एनी सोनी सूरम गाती गाथा जो कि सुरिंदर शिंदा जी ने गाई बिल्कुल एक सूरम गाती वांग। तुसी सुन रहे हो वीकेंड क्लासिक रेडियो शो खुशबू दे नाल। एस गीत विच खास गल ए सी कि ए सिर्फ कली नहीं बल्कि एस विच पाया गया ड्रामा ते डायलॉग्स एस नू अनोखा बनाउंदे ने ते नाल बनाया सुपरहिट। ਇਹਦੇ ਸ਼ਬਦ ਸੀ ਹਰਦੇਵ ਦਲਗੀਰ ਦੇ ਜੋ ਲਿਖਾਈ ਵਿੱਚ ਸ਼ਿੰਦਾ ਜੀ ਦੇ ਗੁਰੂ ਵੀ ਸਨ। ਇਸ ਦੀ ਦਮਦਾਰ ਡਾਇਲੋਗ ਡਿਲੀਵਰੀ ਨੇ ਇਸ ਗੀਤ ਨੂੰ ਇੰਨਾ ਮਸ਼ਹੂਰ ਬਣਾ ਦਿੱਤਾ ਕਿ ਹੁਣ ਉਸ ਪਿੰਡ ਵਿੱਚ ਮੇਲਾ ਲੱਗਦਾ ਹੈ ਜੋ ਕਿ ਜਿਉਣਾ ਮੋੜ ਨੂੰ ਸਮਰਪਿਤ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਉਸ ਇਲਾਕੇ ਦਾ ਸਭ ਤੋਂ ਵੱਡਾ ਮੇਲਾ ਹੈ। ਅੱਗੇ ਪੇਸ਼ ਹੈ ਗੀਤ ਪੁੱਤ ਸਰਦਾਰਾਂ ਦੇ। ਸੁਣਦੇ ਰਹੋ, ਸਾਡੇ ਨਾਲ ਬਣੇ ਰਹੋ। आई पहला ही अड़ गया नी एक काले दा टोटा मेरे ते जादू कर गया नी और किसे नाल बैठे पिंगा झूठ प्यारा दा कुंडला वाले वाला पटलिया पुत सरदारा दा कुंडला वाले वाला पटलिया पुत सरदारा दा ਤਾਂ
ਸੀ ਉਹਦੇ ਰੰਗ ਵਰਗੀ ਉਹਦੀ ਚਾਲ ਨੇ ਮੋੜੇ ਆਬਾਦੀ ਤੂੰ ਕਿਉਂ ਪੁੱਠੀ ਭਰਤੀ ਚਾਬੀ ਦੱਸ ਬਣੂਗੀ ਉਸ ਨਾਲ ਕੀ ਤੇ ਗਰਾਰਾਂ ਦਾ ਕੁੰਡਲਾ ਵਾਲੇ ਵਾਲਾਂ ਪੱਟ ਲਿਆ ਪੁੱਤ ਸਰਦਾਰਾਂ ਦਾ ਕੁੰਡਲਾ ਵਾਲੇ ਵਾਲਾਂ ਪੱਟ ਲਿਆ ਪੁੱਤ ਸਰਦਾਰਾਂ ਦਾ ਸਾਡਾ ਇਹ ਐਪੀਸੋਡ ਪਸੰਦ ਆਇਆ ਇਸ ਵੀਡੀਓ ਨੂੰ ਆਫਲਾਈਨ ਸੇਵ ਕਰੋ ਤੇ ਵੇਖੋ ਕਦੇ ਵੀ ਕਿਤੇ ਵੀ ਜੋਨਾ ਮੋੜ ਦੀ ਸਫਲਤਾ ਤੋਂ ਬਾਅਦ ਤਾਂ ਬਸ ਸੁਰਿੰਦਰ ਸ਼ਿੰਦਾ ਜੀ ਨੇ ਕਦੀ ਮੁੜ ਕੇ ਪਿੱਛੇ ਨਹੀਂ ਵੇਖਿਆ। ਇੱਕ ਹੋਰ ਬੜਾ ਵੱਡਾ ਪੜਾਵ ਆਇਆ ਐਲਬਮ ਜੱਟ ਮਿਰਜ਼ਾ ਫੱਲਾਂ ਦਾ ਦੇ ਰੂਪ ਵਿੱਚ, ਜੋ ਕਿ ਇੱਕ ਬਹੁਤ ਵੱਡੇ ਸ਼ਹੀਦ ਆਜ਼ਮ ਸ਼ਹੀਦ ਦੀ ਗੱਲ ਸੀ, ਜਿਸ ਨੂੰ ਉਦੋਂ ਦੇ ਰਾਸ਼ਟਰਪਤੀ ਸਵਰਗੀ ਗਿਆਨੀ ਜ਼ੈਲ ਸਿੰਘ ਜੀ ਨੇ ਰਾਸ਼ਟਰਪਤੀ ਭਵਨ ਵਿੱਚ ਰਿਲੀਜ਼ ਕੀਤਾ। ਹੈ ਨਾ ਬੜੇ ਕਮਾਲ ਤੇ ਵੱਡੇ ਮਾਨ ਦੀ ਗੱਲ, ਤੇ ਆਹ ਗੀਤ ਵੀ ਹੋਇਆ ਸੁਪਰ ਹਿੱਟ। ਅੱਗੇ ਪੇਸ਼ ਹੈ ਉਹਨਾਂ ਦਾ ਬਿਹਤਰੀਨ ਗੀਤ ਜਿੰਦ ਯਾਰ ਦੀ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਜਿੰਦ ਯਾਰ ਦੀ, ਜਿੰਦ ਯਾਰ ਦੀ, ਹਾਂ ਜਿੰਦ ਯਾਰ ਦੀ, ਮੰਗਾ ਮੈਂ ਰੱਬਾ ਰੋ ਕੇ ਕਿਹੜੀ ਮੈਂ ਖੁਦਾਈ ਮੰਗਲੀ, ਦੇ ਦੇ ਯਾਰ ਮੇਰਾ ਹੋ, ਦੇ ਦੇ ਯਾਰ ਮੇਰਾ, ਦੇ ਦੇ ਯਾਰ ਮੇਰਾ
ਕੋਗੇ ਮੈਨੂੰ ਉਮੀਦ ਹੈ ਤੁਸੀਂ ਇਹ ਐਪੀਸੋਡ ਇੰਜੋਏ ਕੀਤਾ। ਵੀਕਐਂਡ ਕਲਾਸਿਕ ਰੇਡੀਓ ਸ਼ੋਅ ਹਰ ਸ਼ੁੱਕਰਵਾਰ ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ ਤੇ ਰਿਲੀਜ਼ ਹੁੰਦਾ ਹੈ। ਪਲੀਜ਼ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹਰ ਹਫ਼ਤੇ ਮਿਲ ਸਕੀਏ। ਆ ਜਾ ਬਾਗੇ ਕਦੇ ਜਬੀਏ ਦਰੇ ਕੋਈ ਗਮਗੀ ਦੇ ਦਾਣੇ ਮਰ ਜਾਣਿਆ ਖੁਸ਼ਕੀ ਤਾਂ ਤੇਰੀ ਮੈਂ ਚੁਕਾਉਂਦੀ ਆ ਜਦ ਵੀ ਤੇਰੇ ਕੋਲ ਦੀ ਲੰਘਦੀ ਆ ਮੈਨੂੰ ਵੇਖ ਕੇ ਆਪਦੀ ਤਾਈ ਬੈਂਜੋ ਵਜਾਉਣ ਲੱਗ ਪੈਣਾ ਤੇ ਗਾਉਣਾ ਕਮਲੀਏ ਮੈਂ ਜਿਹੜਾ ਬਜੰਗ ਵਿਹਲਾ ਕੀ ਕਰਾਂ ਮੈਂ ਤਾਂ ਆਪਣਾ ਜੀ ਲਾਉਣਾ ਅੱਛਾ ਅੱਜ ਆ ਲੈਂਦੇ ਤੇਰੇ ਭਾਈ ਨੂੰ ਲਾ ਲੈਂਦੇ ਭਾਈ ਨੂੰ ਕੀ ਦੱਸਾਂਗੇ ਉਹਨੂੰ ਹਾਂ ਸੁਰਾਂ ਦਬਾ ਕੇ ਓਟ
तोले दिया लाउंदा तेरी नवी ले आंदी बैंजो नू लुक लुक के जेठ बजाउंदा तेरी नवी ले आंदी बैंजो नू लुक लुक के जेठ बजाउंदा ओनू शौक पै गया गाउणे दा लुक छिपके जी परचाउणे दा कदे खाड़ा सुन ली पड़ुए दा ओ रहंदा कलियां लाउंदा नित अद्धी रातों जेठ तेरा बैंजो ते बीन बजाउंदा नित अद्धी रातों जेठ तेरा बैंजो ते बीन बजाउंदा नित रहे औत दी मटी जिहा हुण इक लाउंदा इक पाउंदा तेरी नवी ले आंदी बैंजो नू लुक लुक के जेठ बजाउंदा तेरी नवी ले आंदी बैंजो नू लुक लुक के जेठ बजाउंदा अठ दिन हो गए छिंदे दा ओ खाना सुन के आया अठ दिन हो गए छिंदे दा ओ खाना सुन के आया उने उदन तों हड़ताल करी कद कम नू हाथ न लाया हुण हफ्ते विच ओ दो वारी लुधियाने गेड़ा लाउंदा नित अद्धी रातों जेठ तेरा बैंजो ते बीन बजाउंदा नित अद्धी रातों जेठ तेरा बैंजो ते बीन बजाउंदा मंगदा दाल करारी वे ओ तड़के रहे लवाउंदा तेरी नवी ले आंदी बैंजो नू लुक लुक के जेठ बजाउंदा तेरी नवी ले आंदी बैंजो नू लुक लुक के जेठ बजाउंदा एक गलती कीती बापू ने जो वंड पाइया दी पाई गलती कीती बापू ने जो वंड पाइया दी पाई गिल नथो हेड़ी वाले दे दस किले नौ करवाई हुण किवें घूरदिआं जेठ ताईं ओ दबके मार डराउंदा नित अद्धी रातों जेठ तेरा बैंजो ते बीन बजाउंदा नित अद्धी रातों जेठ तेरा बैंजो ते बीन बजाउंदा इन्नी जिंदा दिल पर्सनैलिटी एक जवान सुनखी मुंडा जो जाने गए अखाड़ियां विच खुल के गाउण लई जिथे उन्हां नूं वेख के लोकां नूं चाह चढ़ जांदे सी ते इन्हां दी मशहूरी सिर्फ एथे दे पिंडां जां शहरां तक ही सीमित नहीं सी बल्कि बाहर देश भी जिथे जिथे पंजाबी वसदे सन उथे इन्हां दा नाम सी ते हर थां सुरिंदर शिंदा जी कलियां भी गाउंदे ते लोक गीत भी अज इन्ना ही अगले हफ्ते फिर मुलाकात होएगी ਕਿਸੇ ਹੋਰ ਫਨਕਾਰ ਨਾਲ ਤੁਸੀਂ ਸੁਣ ਰਹੇ ਸੀ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ ਤੇ ਖੁਸ਼ਬੂ ਦੇ ਨਾਲ ਲਾਲਚ ਵਸਦੇ ਮੈਲ ਉਜਾੜੇ ਲਾਲਚ ਧਰਮ ਗੁਆਵੇ ਪਾਈਆਂ ਕੋਲੋਂ ਪਾਈ ਆਪਣਾ लालच कत्ल करावे लुधियाने जिले दी सुनावा वार्ता जिथे एक सस ने जुआई मारता केर सिंह पति जट्टी राम कौर दा वड्डा गंडासे नाल गल पौरदा ਕੱਢ ਸੱਸ ਮੋੜ ਦਿੱਤਾ ਪੌਰ ਨੂੰ ਤੂਮ ਨੱਤ ਗਾਦਾ ਤੇਰਾ ਨੰਗਾ ਹਾਲ ਕੀ ਜੋਤੀ ਮਗਰ ਤੇਰੇ ਲਾ ਕੇ ਬਾਲਕੀ ਗੋਲੀ ਵਾਂਗੂ ਸੀਨੇ ਖੁੱਬੇ ਬੋਲ ਸੱਸ ਦੇ ਹਾਏ ਗੋਲੀ ਵਾਂਗੂ ਸੀਨੇ ਖੁੱਬੇ ਬੋਲ ਸੱਸ ਦੇ ਸੁਰਗੀਆਂ ਕੇਰ ਸਿੰਘ ਲੋਕੀ ਹੱਸਦੇ ਮਾਡਲੇ ਦੀ ਛਾਉਣੀ ਜਾ ਕੇ ਹੋਇਆ ਪਰਤੀ ਪੈਸੇ ਤਾਂ ਕਮਾਉਣ ਵਾਲੀ ਕੱਤਾ ਕਰਤੀ ਛੁੱਟੀ ਲੈ ਕੇ ਸਾਲ ਪਿੱਛੋਂ ਸੌਰੀ ਆ ਗਿਆ ਹੋ ਛੁੱਟੀ ਲੈ ਕੇ ਸਾਲ ਪਿੱਛੋਂ ਸੌਰੀ ਆ ਗਿਆ ਸੁਮਾ ਦੇਖ ਸੱਸ ਨੂੰ ਲਾਲਚ ਖਾ ਗਿਆ
पांच छे हजार देख नेगा फुल गी सस ता जुआई वाला ना तो फुल गी तानू सिखावे पाके वाले विंग नू ओ तानू सिखावे पाके वाले विंग नू तेनू वड़ाता उन्ने केर सिंह नू राम कौर करे मिन्नतां बथेरियां डर दी ना बूढ़ी देवे हल्ला शेरियां लोका कोले रौला राम कौर पाया सी लोका कोले रौला राम कौर पाया सी दूजे दिन पिंड विच थाना आया सी थानेदार आउंदियां बुड़ी नू टालिया ते ब्याह दे विच्चों लाश नू कढ़ा लिया सस तो जुआई मरवाता पैसे ने हाय सस तो जुआई मरवाता पैसे ने बुड़ी ताई कैद करवाता पैसे ने मन दा तरीके वाला रब्बे पाने नू बन्ने अटबर सारा जावे ठाने नू बन्ने अटबर सारा जावे ठाने नू ओ बारी खोल के वाहे गुरु बोल के बारी खोल के वाहे गुरु बोल के नी सीट उत्ते बह जा बल्लीए नवा ले ली अट रख तेरे यार ने नी बाबियां ते चल ज